ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਦੋਸਤ ਰਿੰਪਲ ਗੋਲਣ, ਅਸੀਂ ਲੈ ਕੇ ਹਾਜ਼ਰ ਹਾਂ ਟੀਵੀ ਚੈਨਲ ਨਿਡਰ ਆਵਾਜ਼ ਤੋਂ। ਸਾਡੇ ਨਾਲ ਅੱਜ ਇੱਕ ਖਾਸ ਮਹਿਮਾਨ ਖੜ੍ਹੇ ਨੇ, ਜਿਨ੍ਹਾਂ ਦਾ ਨਾਮ ਹੈ ਜੀ ਅਮਨਦੀਪ ਰੈਡੀ। ਖਾਲਸਾ ਜੀ ਨੇ ਆਪਾਂ ਗੱਲਬਾਤ ਕਰਦੇ ਹਾਂ, ਇਹਨਾਂ ਨੇ ਪੂਰੀ ਇੰਡੀਆ ਦੇ ਜਿਹੜੀ ਆ ਉਹ ਯਾਤਰਾ ਕੀਤੀ ਹੋਈ ਆ, ਅਤੇ ਕੀ ਇਹਨਾਂ ਨੇ ਉਹ ਯਾਤਰਾ ਦੌਰਾਨ ਅਨੁਭਵ ਕੀਤੇ ਆ, ਅਤੇ ਕੀ ਜਿਹੜੀਆਂ ਉਹ ਸਿੱਖਿਆਵਾਂ ਜਿਹੜੀਆਂ ਉਹ ਸਕੂਲਾਂ ਕਾਲਜਾਂ ਅਤੇ ਲੋਕਾਂ ਨੂੰ ਜਿਹੜੀਆਂ ਦਿੱਤੀਆਂ ਹੈ। ਅਤੇ ਸਾਨੂੰ ਸੁਣਨ ਦੇ ਵਿੱਚ ਆਇਆ ਸੀ ਕਿ ਵੀ ਖਾਲਸਾ ਜੀ ਵੱਲੋਂ ਜਿਹੜਾ ਇੱਕ ਨਸ਼ਿਆਂ ਪ੍ਰਤੀ ਜਿਹੜਾ ਉਹ ਜਾਗਰੂਕ ਕੀਤਾ ਜਾ ਰਿਹਾ, ਅੱਜ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਦਾਸ ਅਮਨਦੀਪ ਸਿੰਘ ਖਾਲਸਾ, ਮੈਂ ਬੈਂਗਲੁਰੂ ਦਾ ਰਹਿਣ ਵਾਲਾ। ਮੈਂ ਪਹਿਲਾਂ ਹਿੰਦੂ ਪਰਿਵਾਰ ਦੇ ਵਿੱਚ ਸੀਗਾ, ਮੇਰੇ ਨਾਲ ਪਹਿਲਾਂ ਮਹਾਦੇਵ ਰੈਡੀ ਸੀਗਾ, ਸਿੱਖ ਇਤਿਹਾਸ ਪੜ੍ਹ ਕੇ ਫਿਰ ਮੈਂ ਚਾਰ ਸਾਹਿਬ ਦੇ ਇਤਿਹਾਸ ਪੜ੍ਹਿਆ, ਮੈਂ ਉੱਥੇ ਰੁਕ ਗਿਆ। ਮੈਂ ਕਿਹਾ 7 ਸਾਲ ਦੇ 9 ਸਾਲ ਦੇ ਬੱਚੇ ਜੀ ਨਹੀਂ ਮੰਨੇ, ਇਹ ਬਹੁਤ ਵੱਡਾ ਮਿਸਾਲ ਹੈ। ਫਿਰ ਮੈਂ 1975 'ਚ ਦਸਵੀਂ ਕਰਕੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਸੀਗਾ। ਉਹਦੇ ਬਾਅਦ ਮੈਂ ਘਰ ਗਿਆ ਤਾਂ ਮੇਰਾ ਮਾਪੇ ਨੇ ਮੈਨੂੰ ਉੱਪਰ ਪੜ੍ਹਤਾ, ਉਹਦੇ ਬਾਅਦ ਮੈਂ ਗੁਰਦੁਆਰਾ ਸਾਹਿਬ ਗਿਆ। ਸਿਆਸੀ 'ਚ ਮੈਂ ਅਨੰਦਪੁਰ ਸਾਹਿਬ ਆ ਕੇ ਮੈਂ ਇੱਥੇ ਪੰਜਾਬ 'ਚ ਪੜ੍ਹਿਆ, ਸਟੱਡੀ ਕਰਕੇ ਗਿਆ ਸੀਗਾ। 2007 'ਚ ਮੇਰਾ ਮਾਮਾ ਜੀ ਦੇ ਸ਼ਰਾਬ ਪੀ ਕੇ ਡੈਥ ਹੋ ਗਈ, ਮੇਰਾ ਮਨ 'ਚ ਬਹੁਤ ਦੁੱਖ ਲੱਗਾ। ਮੈਂ ਸੋਚਿਆ ਇੱਕ ਮੁਹਿੰਮ ਲੈ ਕੇ ਨਿਕਲੇਗੇ ਸਾਰਾ ਇੰਡੀਆ ਦੇ ਵਿੱਚ ਪ੍ਰਚਾਰ ਕਰਾਂਗੇ, ਇਸੀ ਮਕਸਦ ਨਾਲ ਮੈਂ 2008 'ਚ ਨਿਕਲਿਆ। ਇਸ 'ਚ ਮੇਰਾ 24 ਸਟੇਟ ਹੋ ਗਈਆਂ ਪੂਰੇ ਪੰਜਾਬ 'ਤੇ, ਮੈਂ 11, 12, 13, 3 ਸਾਲ ਇੱਥੇ ਰਿਹਾ। ਮੈਂ ਪੰਜਾਬ ਦੇ 12,937 ਪਿੰਡ ਹੈ, ਸਾਰੇ ਪਿੰਡਾਂ 'ਚ ਮੈਂ ਪ੍ਰਚਾਰ ਕਰਕੇ ਗਿਆ ਸੀਗਾ। ਇਸ 'ਚ ਮੇਰਾ ਇਹ ਲਾਸਟ ਹੈ, ਹੁਣ ਮੈਂ 12 ਸਾਲ ਹੋ ਗਏ ਮੈਨੂੰ ਘਰ ਗਏ ਨੂੰ, ਮੈਨੂੰ ਅਜੇ ਘਰ ਨਹੀਂ ਗਿਆ। 12 ਸਾਲ ਦੇ ਵਿੱਚ ਮੈਂ ਸਾਰੇ ਸਟੇਟਾਂ 'ਤੇ ਘੁੰਮ ਕੇ 5,500 ਮੈਨੂੰ ਨਸ਼ਾ ਛੁਡਾਤਾ, ਮੇਰੇ ਕੋਲ ਨਸ਼ਾ ਛੱਡਣ ਵਾਸਤੇ ਦਵਾਈ ਵੀ ਹੈਗਾ, ਮੈਂ ਲਿਖ ਕੇ ਦੇ ਦੇਣਾ। ਬਾਬੀ ਇਹ ਇੱਥੇ ਮੈਂ ਤੁਹਾਨੂੰ ਟੋਕਣਾ ਚਾਹੂੰਗਾ ਵੀ ਕੀ ਇਹ ਨਸ਼ੇ ਆ ਜਿਹੜੇ, ਇਹ ਨਸ਼ੇ ਜਿਵੇਂ ਮੰਨ ਲਓ ਵੀ ਆਮ ਲੀਡਰ ਜਿਹੜੀਆਂ ਉਹ ਗੱਲਾਂ ਕਰਦੇ ਅਸੀਂ ਨਸ਼ਾ ਜਿਹੜਾ ਉਹ ਘੱਟ ਕਰਦਾ ਹੈ, ਤੁਹਾਡੇ ਹਿਸਾਬ ਦੇ ਨਾਲ ਨਸ਼ਾ ਜਿਹੜਾ ਉਹ ਕਿੰਨਾ ਕੁ ਘੱਟ ਹੋਇਆ? ਨਹੀਂ, ਮੇਰੇ ਹਿਸਾਬ ਨਾਲ ਤਾਂ ਪੰਜਾਬ ਤੋਂ ਮੈਂ ਤਾਂ ਕਿਤੇ ਪਤਾ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਨਸ਼ਾ। ਹੁਣ ਮੈਂ ਸਾਰੇ ਪਿੰਡ ਮੈਂ ਘੁੰਮਿਆ ਪੰਜਾਬ ਦੇ ਵਿੱਚ, ਸਭ ਤੋਂ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਦਾ ਸ਼ਰਾਬ ਦਾ ਠੇਕੀ ਆ ਪੰਜਾਬ 'ਚ। 12,000 ਪਿੰਡ ਆ, 11,000 ਸ਼ਰਾਬ ਦਾ ਠੇਕੀ ਆ। ਜੇ ਸਕੂਲ ਥੋੜ੍ਹਾ ਨਜ਼ਰ ਆਉਂਦੇ ਸ਼ਰਾਬ ਦੇ ਠੇਕੇ ਜ਼ਿਆਦਾ ਨਜ਼ਰ ਆਉਂਦੇ ਆ। ਕਿਸੇ ਪਿੰਡ 'ਚ ਜਾਓ, ਕਿਸੇ ਸ਼ਹਿਰ 'ਚ ਚੱਲ ਜਾਓ, ਪਹਿਲਾਂ ਟੇਕਾ ਆਊਗਾ, ਉਹਦੇ ਬਾਅਦ ਗੁਰਦੁਆਰਾ ਸਾਹਿਬ ਮੰਦਿਰ ਆਊਗਾ। ਇਹ ਪੰਜਾਬ ਦੇ ਵਿੱਚ ਰਿਵਾਜ਼ ਹੋ ਗਿਆ। ਹੁਣ ਦੇਖਿਆ ਮੈਂ 4-5 ਮਹੀਨੇ ਹੋ ਗਏ ਮੈਨੂੰ ਦੇਖਿਆ, ਟੀਕਿਆਂ ਦੇ ਵਿੱਚ ਮੁੰਡੇ ਬਹੁਤ ਮਰੀ ਜਾਂਦੇ ਆ, ਰੋਜ਼ 2-3 ਮੁੰਡੇ ਮਰੀ ਜਾਂਦੇ ਟੀਕੇ ਲਾ ਲਾ ਕੇ। ਟੀਕੇ ਦਾ ਪ੍ਰਭਾਵ ਬਹੁਤ ਜ਼ਿਆਦਾ ਆ। ਮੈਂ ਦੇਖਿਆ ਵੀ ਕੋਈ ਇੰਨਾ ਕਮੀ ਤਾਂ ਹੋਇਆ ਨਹੀਂ ਹੈ, ਸਭ ਤੋਂ ਜ਼ਿਆਦਾ ਵਧੀ ਜਾਂਦੇ ਆ। ਤੁਹਾਡੇ ਹਿਸਾਬ ਦੇ ਨਾਲ ਬਾਬਾ ਜੀ ਜਿਹੜੇ ਆ ਨਸ਼ੇ ਉਹ ਕਿੰਨਾ ਦੀ ਦੇਣ ਨੇ? ਇਹ ਦੇਖੋ ਜੀ, ਹੁਣ ਅਗਰ ਲੀਡਰ ਜਿਹੜਾ ਹੈਗਾ ਨਾ, ਅਗਰ ਉਹ ਮੰਨ ਜਾਣ ਇੱਕ ਦਿਨ 'ਚ ਨਸ਼ਾ ਬੰਦ ਹੋ ਸਕਦਾ ਹੈ। ਹੁਣ ਮੈਂ ਮੋਦੀ ਸਾਹਿਬ ਨੂੰ ਮੈਂ 25 ਮੈਸੇਜ ਭੇਜਿਆ ਸੀਗਾ ਟਵਿੱਟਰ ਦੇ ਵਿੱਚ, ਜਿਹਦੇ ਰਾਤ ਨੂੰ 11 ਵਜੇ ਨੋਟ ਬੰਦ ਕੀਤਾ, ਉਹਦੇ ਹਿਸਾਬ ਨਾਲ ਹਿੰਦੁਸਤਾਨ ਦੇ ਨਸ਼ਾ ਬੰਦ ਕਰਦੇ, ਉਹਦਾ ਮੈਨੂੰ ਕੋਈ ਜਵਾਬ ਨਹੀਂ ਆਇਆ। ਮੈਂ ਕੈਪਟਨ ਸਾਹਿਬ ਨੂੰ ਵੀ 2-3 ਮੈਸੇਜ ਭੇਜਿਆ ਸੀਗਾ ਟਵਿੱਟਰ 'ਚ, ਕੋਈ ਜਵਾਬ ਨਹੀਂ ਆਇਆ ਮੈਨੂੰ। ਸਾਡੇ ਲੀਡਰ ਨਾ ਸਹੀ ਨਹੀਂ ਹੈ, ਅਗਰ ਸਰ ਲੀਡਰ ਹੀ ਸਹੀ ਹੋਵੇ, ਉਹ ਕਹਿੰਦੇ ਨਾ ਘਰ ਦਾ ਮੁਖੀ ਸਹੀ ਹੋਵੇ ਸਭ ਹੀ ਅੰਡਰਗਰਾਊਂਡ ਅੰਡਰਸਟੈਂਡ ਆ ਜਾਂਦੇ ਆ, ਪਰ ਲੀਗੇ ਲੀਡਰ ਸਹੀ ਨਹੀਂ ਹੈ, ਫਿਰ ਲੀਡਰ ਸਹੀ ਨਹੀਂ ਹੈ ਫਿਰ ਸਿਸਟਮ ਹੀ ਖਰਾਬ ਹੈ। ਹੁਣ ਦੇਖਿਆ ਵੀ ਕਿਤੇ ਵੀ ਜਾ ਕੇ ਦੇਖ ਲਓ ਪੰਜਾਬ ਦੇ ਵਿੱਚ
ਨਸ਼ਾ ਜਿੱਥੇ ਦੇਖੇ ਤਾਂ ਉਹ ਕਈ ਕੁੜੀ ਨੂੰ ਆਪਣੇ ਮੁੰਡੇ ਨੂੰ ਵਿਆਹ ਕਰਾਉਣਾ ਹੋਣਾ, ਕਿਸੇ ਦੇ ਕੁੜੀ ਨੂੰ ਵਿਆਹ ਕਰਨਾ ਹੋਇਆ ਉਹ ਵੀ ਪਹਿਲਾਂ ਦੇਖਦਾ ਵੀ ਕੋਈ ਨਸ਼ੇ ਦੇ ਬਿਨਾਂ ਕੋਈ ਮੁੰਡਾ ਲੱਭੇ ਵਿਆਹ ਕਰਾਂਗੇ। ਬਾਬਾ ਜੀ ਤੁਸੀਂ ਜਿਹੜੀ ਹੈ ਯਾਤਰਾ 'ਤੇ ਨਿਕਲੇ ਜੋ, ਅਤੇ ਤੁਹਾਡਾ ਕੀ ਏਮ ਸੀਗਾ, ਕੀ ਏਮ ਲੈ ਕੇ ਤੁਸੀਂ ਨਿਕਲੇ ਜੋ ਯਾਤਰਾ ਦੇ ਉੱਤੇ, ਵੀ ਕੀ ਜਿਹੜੀ ਆ ਉਹ ਸਿੱਖਿਆਵਾਂ ਗਾਂ ਹੋਰ ਜਿਹੜੀਆਂ ਉਹ ਵੰਡੋਗੇ? ਇੱਕ ਮੇਰਾ ਮਿਸਿਸ ਵੀ ਹੈ, ਟੀਚਰ ਹੈ, ਮੇਰਾ ਲੜਕਾ ਅਮਰੀਕਾ 'ਚ ਡਾਕਟਰ ਹੈ, ਮੇਰਾ ਲੜਕੀ ਅੰਮ੍ਰਿਤਸਰ ਵਿਆਹੀ ਹੈ, ਸਾਡਾ ਰਿਸ਼ਤੇਦਾਰ ਵੀ ਹੈ, ਅਸੀਂ ਤਿੰਨ ਭਰਾ ਹਾਂ, ਮੇਰਾ 60 ਕਿੱਲੇ ਜ਼ਮੀਨ ਵੀ ਹੈ, ਸਭ ਕੁਝ ਹੈ। ਯਾਨੀ ਮੈਂ ਇੱਕ ਲੋਕਾਂ ਨੂੰ ਸਮਝਾਉਣ ਵਾਸਤੇ ਨਿਕਲਿਆ, ਮੈਨੂੰ 12 ਸਾਲ ਹੋ ਗਿਆ ਮੈਂ ਅਜੇ ਘਰ ਗਿਆ ਨਹੀਂ ਹੈ। ਮੇਰਾ ਕੁੜੀ ਦਾ ਵਿਆਹ ਸੀਗਾ 2012 'ਚ, ਮੈਂ ਵਿਆਹ 'ਚ ਨਹੀਂ ਗਿਆ। ਮੈਂ ਇਹ ਸੋਚਿਆ ਵੀ ਯਾਰ ਲੋਕਾਂ ਨੂੰ ਥੋੜ੍ਹਾ ਸਮਝਾਵਾਂਗੇ ਵੀ ਨਸ਼ਿਆਂ 'ਤੇ ਦੂਰ ਰਹੇ, ਗੁਰੂ ਵਾਲਾ ਬਣੋ, ਅੰਮ੍ਰਿਤ ਛਕੇ, ਸਿੰਘ ਸਜੋ, ਇਸੀ ਮਕਸਦ ਨਾਲ ਮੈਂ ਇੱਕ ਮੁਹਿੰਮ ਲੈ ਕੇ ਨਿਕਲਿਆ। ਇਸ ਟਾਈਮ ਮੈਂ ਬੜੇ ਜ਼ੋਰ ਲਾ ਕੇ ਇਹ ਬਾਬਾ ਜੀ ਇਸ ਮੁਹਿੰਮ ਨੂੰ ਕਿਤੇ ਤੁਹਾਨੂੰ ਹੁੰਗਾਰਾ ਵੀ ਜਿਹੜਾ ਉਹ ਮਿਲਿਆ ਕਿਸੇ, ਜਾਂ ਮੰਨ ਲਓ ਜਦੋਂ ਤੁਸੀਂ 26 ਸਟੇਟ ਘੁੰਮੇ ਆ, 26 ਸਟੇਟਾਂ 'ਚੋਂ ਜਿਵੇਂ ਕਿਸੇ ਪਿੰਡਾਂ ਦੇ ਵਿੱਚ ਜਾ ਕੇ, ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ, ਕਿਸੇ ਕਾਲਜ ਦੇ ਵਿੱਚ, ਕਿਸੇ ਸਕੂਲ ਦੇ ਵਿੱਚ ਜਾਂਦੇ ਜੋ, ਜਿਵੇਂ ਮੰਨ ਲਓ ਲੋਕ ਤੁਹਾਡੇ ਨਾਲ ਖੜ੍ਹੇ ਹੋਣ, ਤੁਹਾਡੀਆਂ ਗੱਲਾਂ ਸੁਣੀਆਂ ਹੋਣ, ਤੁਹਾਡੇ ਵਿਚਾਰ ਸੁਣੇ ਹੋਣ, ਕਿਤੇ ਹੋ ਸਕਿਆ ਹੈ ਕਈ ਜਗ੍ਹਾ ਬਾਹਰਲਾ ਸਟੇਟਾਂ ਦੇ ਵਿੱਚ ਨਾ ਲੋਕ ਉਹਨਾਂ ਦੀ ਬੋਲੀ ਬੋਲ ਕੇ ਸਮਝਾਈ ਹੈ ਨਾ, ਲੋਕ ਛੇਤੀ ਸਮਝ ਜਾਂਦੇ ਆ। ਸਾਡੇ ਪੰਜਾਬ ਦੇ ਵਿੱਚ ਉਹ ਕੱਟੇ ਸਮਝਦੇ ਆ, ਮੈਨੂੰ ਪੰਜਾਬ ਦੇ ਵਿੱਚ ਉਹ ਕਈ ਕਹਿਣਗੇ ਬੇਲੜ, ਪਾਗਲ, ਇਵੇਂ ਫਿਰੀ ਜਾਂਦਾ ਸਾਈਕਲ ਲੈ ਕੇ ਤੁਰਦਾ ਫਿਰਦਾ ਰਹਿੰਦਾ ਹੈ। ਪੰਜਾਬ ਦੇ ਵਿੱਚ ਲੋਕ ਜ਼ਿਆਦਾ ਲੱਤਾਂ ਥੱਲੇ ਖਿੱਚਣ ਵਾਲੇ ਹੁੰਦੇ ਆ, ਕੋਈ ਉੱਪਰ ਚੱਕਣ ਵਾਲਾ ਕੋਈ ਵਿਰਲਾ ਹੀ ਮਿਲਿਆ ਮੈਨੂੰ। ਫਿਰ ਵੀ ਮੈਂ ਚਲੋ 500 ਬੰਦੇ ਨੂੰ ਮੈਂ ਪੰਜਾਬ ਦੇ ਵਿੱਚ ਜ਼ੋਰ ਲਾ ਕੇ ਨਸ਼ਾ ਛੁਡਾਤਾ। ਕੋਈ ਸ਼ਰਾਬ ਪੀਂਦਾ ਸੀਗਾ, ਕੋਈ ਦੋਧੇ ਪਾਉਂਦਾ ਸੀਗਾ, ਕੋਈ ਅਫੀਮ ਪਾਉਂਦਾ ਸੀਗਾ, ਮਹਾਰਾਜ ਨੇ ਕਿਰਪਾ ਨਾਲ 500 ਬੰਦੇ ਪੰਜਾਬ ਦੇ ਵਿੱਚ ਨਸ਼ਾ ਛੁਡਾਤਾ ਮੈਂ। ਬਾਕੀ ਇਸ ਸਮੇਂ 5,500 ਬੰਦੇ ਨੂੰ ਨਸ਼ਾ ਛੁਡਾਤਾ, ਅਤੇ ਮੇਰਾ ਮਨ 'ਚ ਬਹੁਤ ਖੁਸ਼ੀ ਹੈ ਕਿ ਬਈ 5,500 ਬੰਦੇ ਦਾ ਘਰ ਬਸ ਗਿਆ। ਇਹੀ ਮੈਨੂੰ ਪ੍ਰੇਰਣਾ, ਹੁਣ ਮੈਂ ਜ਼ਿੰਦਗੀ ਭਰ ਜਿੰਨੇ ਦਿਨ ਮੇਰਾ ਸਾਹਸ ਆਏਗਾ ਉਹਨਾਂ ਦੇ ਤਾਂ ਮੈਂ ਨਸ਼ੇ ਦੇ ਖਿਲਾਫ਼ ਲੜੂੰਗਾ, ਇਹ ਮੁਹਿੰਮ ਮੈਂ ਜਾਰੀ ਰੱਖੂੰਗਾ। ਹੁਣ ਮੇਰਾ ਗਿਨੀਸ ਬੁੱਕ 'ਚ ਨਾਂ ਆ ਗਿਆ, ਮੈਨੂੰ $5,500 ਮੈਨੂੰ ਆ ਰਿਹਾ ਅਮਰੀਕਾ ਤੋਂ। ਮੈਂ ਉਹ ਪੈਸਿਆਂ ਦੇ ਵਿੱਚ ਸਾਡਾ ਜ਼ਮੀਨ ਉੱਥੇ ਬੈਂਗਲੋਰ, ਉੱਥੇ ਮੈਂ ਸਕੂਲ ਖੋਲਿਆ ਗਰੀਬ ਬੱਚਿਆਂ ਵਾਸਤੇ, ਸਾਡਾ ਪਿੰਡ ਲੱਗੇ 12-13 ਪਿੰਡ ਹੈਗਾ, ਬਹੁਤ ਗਰੀਬ ਨੇ। ਫਿਰ ਮੈਂ ਉਹਨਾਂ ਨੂੰ ਸਾਰਿਆਂ ਮੈਂ ਪੜ੍ਹਾਈ, ਖਾਣਾ ਪੀਣਾ, ਰਿਹਾਇਸ਼, ਕੱਪੜੇ ਵੀ ਸਾਰੇ ਦੇਵਾਂਗੇ, ਚਲੋ ਮਹਾਰਾਜ ਦੀ ਕਿਰਪਾ ਹੋ ਜੂਗਾ। ਬਾਕੀ ਮੇਰਾ 10 ਲੱਖ ਫੋਲੋਅਰ ਹੈਗੇ ਆ, ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਸ਼ੁਰੂ ਕਰੋ ਕੰਮ, ਪੈਸੇ ਅਸੀਂ ਭੇਜਾਂਗੇ, ਚਲੋ ਮਹਾਰਾਜ ਦੀ ਕਿਰਪਾ ਹੋ ਜੂਗਾ, ਉੱਪਰ ਵਾਲਾ ਗੁਰੂ ਨਾਨਕ ਦੇਵ ਜੀ ਅਸਰ ਦਿਓਗਾ, ਮੈਂ ਸਕੂਲ ਉੱਪਰ ਕਰੂੰਗਾ। ਇਹ ਕਿੰਨੇ ਸਾਲ ਦੇ ਵਿੱਚ ਗਿਨੀਸ ਬੁੱਕ ਆਫ ਦੇ ਵਿੱਚ ਜਿਹੜਾ ਰਿਕਾਰਡ ਸੀਗਾ ਤੁਹਾਡਾ ਜਾ ਕੇ ਆਇਆ? ਮੇਰਾ 4 ਸਾਲ ਹੋ ਗਿਆ ਰਿਕਾਰਡ ਤਾਂ ਮੇਰਾ ਚਲਾ ਗਿਆ, ਉਹ ਨਾ ਗਿਨੀਸ ਬੁੱਕ ਵਾਲਾ ਬਾਂਬੇ ਸੀਗੇ ਈਸਟ ਅੰਦਰੀ ਈਸਟ 'ਚ, ਉਹ ਆ ਕੇ ਮੈਨੂੰ ਮਿਲ ਕੇ ਗਿਆ ਸੀਗਾ, ਰਿਕਾਰਡ ਤਾਂ ਮੇਰਾ ਪੂਰਾ ਹੋ ਗਿਆ ਸੀਗਾ। ਮੈਂ ਪਿਛਲੇ ਸਾਲ ਅਮਰੀਕਾ ਜਾਣਾ ਸੀਗਾ, ਮੋਦੀ ਸਾਹਿਬ ਨੇ ਮੇਰਾ ਪਤਾ ਨਹੀਂ ਕੀ ਹੋ ਗਿਆ, ਉਹਨੇ ਰੋਕਤਾ, ਮੇਰਾ ਰੋਕ ਲੱਗਿਆ ਹੈ, ਕੋਈ ਗੱਲ ਨਹੀਂ, ਨਾ ਆ ਵੀ ਜਾਏ ਤਾਂ ਕੋਈ ਬਾਤ ਨਹੀਂ, ਮੇਰਾ ਪੈਸੇ ਆ ਰਹੇ ਨੇ, ਫਿਰ ਮੇਰਾ ਕੋਈ ਟੈਨਸ਼ਨ ਨਹੀਂ ਹੈ, ਪੈਸੇ ਆ ਰਹੇ ਨੇ, ਉਹ ਵੀ ਆਉਣਗੇ, ਅੰਦਰ ਈਸਟ 'ਚੋਂ ਆਉਣਗੇ, ਮੈਂ ਘਰ ਜਾਊਂਗਾ ਨਾ, ਹੁਣ ਮੇਰਾ ਸਫ਼ਰ ਹੋ ਗਿਆ, ਹੁਣ ਇੱਥੇ ਮੈਂ ਕੁੜੀ ਨੂੰ ਮਿਲ ਕੇ ਉਹਦੇ ਬਾਅਦ ਮੈਂ ਪਲੇਨ 'ਤੇ ਜਾ ਰਿਹਾ, ਮੇਰਾ ਟੀਚਰ ਤੋਂ ਮੇਰਾ ਫਲੈਟ ਹੈ, ਘਰ ਜਾਊਂਗਾ ਉਹਦੇ ਬਾਅਦ, ਫਿਰ ਮੈਨੂੰ ਪੈਸੇ ਆ ਜਾਣਗੇ, ਫਿਰ ਮੈਂ ਸਕੂਲ ਓਪਨ ਕਰੂੰਗਾ। ਇੱਕ ਮੇਰੇ ਕੋਲ 7,000 ਗੁਰਦੁਆਰਾ ਸਾਹਿਬ ਦਾ ਮੇਰੇ ਕੋਲ ਪੂਰਾ ਸਟੋਰੀਕਲ ਹੈ, ਇੱਕ ਮੈਂ ਕਿਤਾਬ ਵੀ ਲਿਖ ਰਿਹਾ ਗੁਰਦੁਆਰੇ ਦੇ ਉੱਪਰ, ਇੱਕ ਸਟੋਰੀਕਲ ਬਣਾ ਕੇ ਨਾ ਵਧੀਆ ਕਿਤਾਬ ਲਿਖੂੰਗਾ ਮੈਂ। ਕੋਈ ਬੰਦਾ ਯਾਤਰਾ ਕਰਨਾ ਹੋਵੇ ਇੰਡੀਆ ਦੇ ਵਿੱਚ, ਹਰੇਕ ਗੁਰਦੁਆਰੇ ਦੇ ਨਕਸ਼ਾ ਬਣਾ ਕੇ, ਸਟੇਟ ਦੇ ਕਿਲੋਮੀਟਰ ਦੇ ਸਾਰੇ ਨਕਸ਼ਾ ਬਣਾ ਕੇ ਮੈਂ ਲਿਖੂੰਗਾ। ਇੰਡੀਆ ਦੇ ਤੁਸੀਂ 26 ਸਟੇਟ ਘੁੰਮੇ ਆ, ਠੀਕ ਹੈ ਜੀ, ਵੀ ਕੀ ਜਿਵੇਂ ਮੰਨ ਲਓ ਪੰਜਾਬ ਤੋਂ ਬਾਅਦ ਵੀ ਤੁਸੀਂ ਕਾਫੀ ਜਿਹੜਾ ਮਤਲਬ ਕਿ ਗਏ ਜੋ ਪਿੰਡਾਂ ਦੇ ਵਿੱਚ ਵੀ ਗਏ ਜੋ, ਕੀ ਤੁਹਾਨੂੰ ਜਿਹੜਾ ਉਹ ਲੋਕਾਂ ਵੱਲੋਂ ਕਿੰਨਾ ਕੁ ਜਿਹੜਾ ਉਹ ਸਹਿਯੋਗ ਜਿਹੜਾ ਤੁਹਾਨੂੰ ਦਿੱਤਾ ਗਿਆ? ਮੈਂ ਦੇਖੋ 12 ਸਾਲਾਂ ਦੇ ਵਿੱਚ ਮੈਨੂੰ ਜ਼ਿਆਦਾ 25-30 ਹਜ਼ਾਰ ਰੁਪਏ ਮੇਰਾ ਡੋਨੇਸ਼ਨ ਬਣਿਆ ਸੀਗਾ, ਕੋਈ ਕੁਛ ਨਾਲ ਕੋਈ 1,000 ਰੁਪਏ ਦਾ, ਕੋਈ 500 ਦੇਤਾ, ਉਹਦਾ ਮੈਂ ਕਿਸੇ ਕੋਲ ਮੰਗੇ ਨਹੀਂ ਹੈ। ਹੁਣ ਤੱਕ ਮੇਰਾ 9 ਸਾਈਕਲ, 55 ਟਾਇਰ, 40 ਟਿਊਬਾਂ, 3 ਲੱਖ ਰੁਪਏ ਮੇਰਾ ਆਪਣਾ ਖਰਚਾ ਹੋ ਗਿਆ। ਮੇਰੇ ਕੋਲ ਲੰਗਰ ਪਾਣੀ ਬਿਸਤਰਾ ਸਭ ਨਾਲ ਰੱਖਿਆ, ਗੈਸ ਕੁੱਕਰ ਆਟਾ ਚਾਵਲ ਦਾ ਸਭ ਨਾਲ ਰੱਖਿਆ,
ਕਿਸੇ ਗੁਰਦੁਆਰੇ ਵੀ ਜਾਂਦਾ ਨਾ ਮੈਂ ਮੰਗ ਕੇ ਨਹੀਂ ਖਾਂਦਾ, ਆ ਗੁਰਦੁਆਰਾ ਨੇ ਦਿੱਤਾ ਠੀਕ ਹੈ, ਨਾ ਤਾਂ ਆਪਣੇ ਬਣਾ ਕੇ ਖਾ ਲੈਣਾ, ਮੈਂ ਉਹਨਾਂ ਨੂੰ ਵੀ ਕਹਿ ਦਾਂਗਾ ਆ ਕੇ ਛਕ ਲਓ, ਅਤੇ ਮੇਰਾ ਇੱਕ ਮਹਾਰਾਜ ਕਿਰਪਾ ਨਾਲ ਇੱਕ ਰਿਕਾਰਡ ਬਣਾ ਕੇ ਰੱਖਿਆ, ਮੈਂ ਕਿਸੇ ਗੁਰਦੁਆਰੇ ਜਗ੍ਹਾ ਦੇਖ ਮੰਗ ਕੇ ਨਹੀਂ ਖਾਂਦਾ, ਸਾਰਾ ਸਮਾਂ ਮੇਰੇ ਕੋਲ ਨਾਲ ਰੱਖਿਆ, 2 ਕਿਲੋ ਦਾ ਗਿਆਸ ਹੈ, ਆਟਾ ਚਾਵਲ ਦਾ ਸਭ ਨਾਲ ਰੱਖਿਆ, ਜਿੱਥੇ ਰੋਡ 'ਤੇ ਉੱਥੇ ਬਣਾ ਕੇ ਖਾਂਦਾ, ਮੈਂ ਹੋਟਲ ਮੈਂ ਖਾਂਦਾ ਨਹੀਂ ਹੈ, ਮੈਨੂੰ 11 ਸਾਲਾਂ 'ਚ ਕਦੀ ਬੁਖਾਰ ਦਾ ਬੋਝ, ਕਦੀ ਜ਼ੁਕਾਮ ਵੀ ਨਹੀਂ ਹੋਇਆ, ਬਹੁਤ ਮਹਾਰਾਜ ਦੀ ਬਖਸ਼ਿਸ਼ ਹੈ। ਬਾਕੀ ਪੈਸੇ ਲੋੜ ਦਿੰਦੇ ਮੈਂ ਘਰ ਵਾਲੇ ਨੂੰ ਫੋਨ ਕਰ ਦਿੰਦਾ, ਉਹ ਏਟੀਐਮ ਪਾ ਦਿੰਦੀ ਹੈ। ਕਿੰਨੇ ਸਾਲ ਹੋ ਗਏ ਨੇ ਜਿਹੜੇ ਬਾਬਾ ਜੀ ਤੁਸੀਂ ਜਿਹੜਾ ਆਪਣੇ ਘਰੋਂ ਜਿਹੜਾ ਉਹ ਬਾਹਰ ਰਹੇ ਜੋ, ਅਤੇ ਹੁਣ ਕਦੋਂ ਜਿਹੜਾ ਉਹ ਤੁਸੀਂ ਆਪਣੇ ਘਰ ਵਾਪਸ ਜਾ ਰਹੇ? ਹੁਣ ਮੇਰਾ 30 ਤਰੀਕ ਤੱਕ ਗਿਆ, 30 ਤਰੀਕ ਨੂੰ ਮੇਰਾ ਫਲੈਟ ਹੈ ਅੰਮ੍ਰਿਤਸਰ ਤੋਂ ਬੈਂਗਲੋਰ, ਮੈਂ 30 ਤਰੀਕ ਨੂੰ ਘਰ ਜਾਊਂਗਾ, ਮੇਰਾ ਸਫ਼ਰ ਹੋ ਗਿਆ ਪੂਰਾ, ਅਤੇ ਮੈਂ ਮੇਰਾ ਹੋ ਗਿਆ 2.5 ਲੱਖ ਕਿਲੋਮੀਟਰ ਮੇਰਾ ਸਫ਼ਰ ਹੋ ਗਿਆ, ਇੱਕ ਅਮਰੀਕਾ ਤੱਕ ਅਸੀਂ ਬਾਅਦ ਜਾਣ ਮਿਲਸਨ ਆਉਂਦਾ, ਇਹਦੇ 1,25,000 ਉਹਦਾ ਰਿਕਾਰਡ ਮੈਂ ਡਬਲ ਕਰਤਾ, 2,00,000 ਮੇਰਾ 50,000 ਰੁਪਏ ਮੇਰਾ ਸਫ਼ਰ। ਇਸੇ ਦੌਰਾਨ ਮੇਰਾ ਕੋਈ ਐਡਸ਼ਨ ਨਹੀਂ ਹੋਇਆ, ਇੱਕ ਵਾਰੀ ਮੇਰਾ ਪੰਜਾਬ ਦੇ ਵਿੱਚ ਮੇਰਾ ਥੋੜ੍ਹਾ ਜਿਹਾ ਚੋਰੀ ਵੀ ਹੋ ਗਿਆ ਸੀਗਾ, ਦੋ ਮੋਬਾਈਲ, 50,000 ਰੁਪਏ ਸੀਗਾ, ਇੱਕ ਬੰਦਾ ਆਇਆ ਸੀ ਮਿਲਣ ਵਾਸਤੇ, ਉਹ ਲੈ ਕੇ ਚਲਾ ਗਿਆ। ਚਲੋ ਇੱਦਾਂ ਤਾਂ ਹੁੰਦਾ ਰਹਿੰਦੇ ਆ, ਜ਼ਿੰਦਗੀ ਦੇ ਵਿੱਚ ਉਤਾਰ ਚੜਾ ਹੁੰਦਾ ਰਹਿੰਦੇ ਆ, ਉਹ ਕੋਈ ਟੈਨਸ਼ਨ ਨਹੀਂ ਹੈ। ਬਾਕੀ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਵੀ ਨਸ਼ਾ ਛੱਡੋ, ਗੁਰੂ ਵਾਲਾ ਬਣੋ, ਅੰਮ੍ਰਿਤ ਸਿੰਘ ਸਿੰਘ ਸਜੋ ਤਾਂ ਜੀਵਨ ਨਾਲ ਸਫਲ ਹੋਣਾ। ਬਾਬਾ ਜੀ ਕੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਕੀ ਦੇਣਾ ਚਾਹੋਗੇ? ਮੈਂ ਕਹਿੰਦਾ ਇੱਕ ਤੋਂ ਦੇਖੋ, ਸਾਡੇ ਨਸ਼ੇ ਹੈ ਨਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ, ਨੌਜਵਾਨ ਪੀੜ੍ਹੀ ਨਾ ਜ਼ਿਆਦਾ ਗ੍ਰਸਤ ਹੋ ਗਏ ਪਏ ਪੰਜਾਬ ਵਿੱਚ ਨਸ਼ਿਆਂ 'ਚ, ਕੁੜੀਆਂ ਵੀ ਬਹੁਤ ਜ਼ਿਆਦਾ ਨਸ਼ਾ ਕਰਦੀਆਂ ਨੇ। ਮੈਂ ਸਾਰੇ ਨੌਜਵਾਨ ਅਪੀਲ ਕਰਦਾ ਵੀ ਨਸ਼ਾ ਛੱਡੋ, ਅੱਛੀ ਤਰ੍ਹਾਂ ਆਪਣਾ ਜੀਵਨ ਸਫਲ ਕਰੋ। ਇੱਕ ਪੰਜਾਬ ਦੇ ਵਿੱਚ ਪੰਜਾਬੀ ਲੋਕ ਨਾ ਬਾਹਰ ਦਾ ਸਟੇਟ ਵੀ ਹੈਗੇ, ਬਾਹਰ ਕੰਟਰੀ 'ਚ ਵੀ ਹੈਗੀ ਆ, ਉਹ ਵਧੀਆ ਆਪਣਾ ਗੁਜ਼ਾਰਾ ਕਰ ਰਹੇ ਨੇ। ਸਾਡੇ ਖਾਸ ਕਰਕੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੈ, ਮੈਂ ਦੇਖ ਕੇ ਨਾ ਮੈਨੂੰ ਬੜਾ ਡਰ ਲੱਗ ਰਿਹਾ, ਪੰਜਾਬ ਦੇ ਵਿੱਚ ਨਸ਼ੇ ਬਹੁਤ ਜ਼ਿਆਦਾ ਹੈ, ਪੰਜਾਬੀ ਵਿੱਚੋਂ ਪੰਜਾਬ ਦੀ ਨਸ਼ਾ ਖਤਮ ਹੋਣਾ ਚਾਹੀਦਾ। ਇੱਕ ਸਾਰੇ ਪਿੰਡਾਂ ਦੇ ਵਿੱਚੋਂ ਇਹ ਮੁਹਿੰਮ ਲੈ ਕੇ ਨਿਕਲੋ, ਪੰਜਾਬ ਦੇ ਵਿੱਚ ਨਸ਼ਾ ਖਤਮ ਕਰੋ, ਤਾਂ ਹੀ ਜਿਹੜਾ ਜਿਵੇਂ ਪੰਜਾਬ ਇੱਕ ਅੱਛਾ ਰਾਜ ਬਣਾਉਂਦਾ। ਮੈਂ ਸਾਰੇ ਵਰਲਡ ਦੇ ਵਿੱਚੋਂ ਪੰਜਾਬ ਜਿਹੜਾ ਨਾ ਪਹਿਲੇ ਨੰਬਰ 'ਚ ਹੈ, ਕੋਈ ਸਟੇਟ ਨਹੀਂ ਹੈ ਜਿੰਨਾ ਪੰਜਾਬ, ਇੰਨਾ ਵਧੀਆ ਸਟੇਟ ਹੈ, ਜਿੱਥੇ ਗੁਰਬਾਣੀ ਚੱਲਦਾ ਹੈ, ਲੰਗਰ ਵੀ ਚੱਲਦੇ ਆ, ਤਾਂ ਹੀ ਤਾਂ ਸਾਡਾ ਪੰਜਾਬ ਬਚਿਆ ਪਿਆ, ਨਾ ਤਾਂ ਖਤਮ ਹੋ ਜਾਣਾ ਸੀਗਾ। ਮੈਂ ਸਾਰੇ ਪੰਜਾਬੀ ਨੂੰ ਅਪੀਲ ਕਰਦਾ ਬਈ ਗੁਰੂ ਵਾਲਾ ਬਣੋ, ਨਸ਼ਾ ਛੱਡੋ, ਇਹ ਮੇਰੀ ਬੇਨਤੀ ਹੈ। ਜਿਵੇਂ ਕਿ ਤੁਸੀਂ ਦੇਖਿਆ ਵੀ ਅਮਨਦੀਪ ਰੈਡੀ ਤੋਂ ਅਮਨਦੀਪ ਖਾਲਸਾ ਸੱਜਿਆ, ਪੂਰੇ ਆਲ ਇੰਡੀਆ ਜਿਹੜਾ ਉਹਦੀਆਂ 26 ਸਟੇਟਾਂ ਹੁਣ ਤੱਕ ਜਿਹੜੀ ਉਹ ਯਾਤਰਾ ਕਰ ਚੁੱਕਿਆ ਹੈ, ਅਤੇ ਉਹਨਾਂ ਵੱਲੋਂ ਜਿਹੜਾ ਉਹ ਨਸ਼ਿਆਂ ਖਿਲਾਫ ਇਹ ਜਿਹੜਾ ਮੁਹਿੰਮ ਉਹ ਸ਼ੁਰੂ ਕੀਤੀ ਗਈ ਆ, ਉਹਨਾਂ ਦਾ ਕਹਿਣਾ ਹੈ ਕਿ ਇਹ ਮੈਂ ਮਰਦੇ ਦਮ ਤੱਕ ਜਿਹੜੀ ਆ ਉਹ ਨਸ਼ਿਆਂ ਖਿਲਾਫ ਜਿਹੜਾ ਜਾਗਰੂਕਤਾ ਚਲਾਈ ਰੱਖਾਂਗਾ। ਇਹ ਮੇਰੀ ਵੀ ਇਹੀ ਅਪੀਲ ਹੈ ਜੀ ਸਾਰਿਆਂ ਨੂੰ ਵੀ ਜਿਹੜਾ ਉਹ ਨਸ਼ਿਆਂ ਨੂੰ ਜਿਹੜਾ ਉਹ ਤਿਆਗੋ, ਤਾਂ ਕਿ ਜਿਹੜਾ ਪੰਜਾਬ ਆ ਸਾਡਾ ਉਹ ਅਗਾਂਹ ਵੱਧ ਸਕੇ, ਜਿਹੜੀ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਇਹ ਜਿਹੜੀ ਆ ਨਸ਼ਿਆਂ ਦੀ ਜਿਹੜੀ ਆ ਦਲਦਲ ਆ ਉਹਦੇ ਵਿੱਚੋਂ ਨਿਕਲ ਸਕੇ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ TV ਨੂੰ, ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।